जरनैल तकड़े हो, जरनैल तकड़ा हो गया फौजा फेर ला। ला मैं हूं, मैं इतने सीएम ते मैनू बोलेगा कोई? ओनू कोई बंदा दसे भी तू ऐ करना, तू ऐ करना की दी जरूरत है गल करे? जे मैं गद्दी ते बैठा हां ਤਾਂ ਡਿਸੀਜਨ ਮੇਰਾ ਬਈ ਆਰਡਰ ਕਰ ਤੂੰ ਗੱਜ ਬੱਜ ਕੇ ਆਵਾਜ਼ ਜਿਵੇਂ ਤੂੰ ਪਹਿਲਾਂ ਬੋਲਦਾ ਸੀ ਬੋਲ ਕਿਸੇ ਦੀ ਕੀ ਚੁਰਤ ਹੈ ਤੇਰੇ ਸਾਹਮਣੇ ਗੱਲ ਕਰ। ਇਹ ਕਮਜ਼ੋਰੀ ਹੈ ਕਿ ਤੁਹਾਡੇ ਘਰ ਦੇ ਵਿੱਚ ਲੋਕ ਆ ਕੇ ਕਹਿੰਦੇ ਨੇ ਤੇ ਵੜ ਕੇ ਗੱਲ ਕਰਦੇ ਨੇ ਭਾਈ ਤੂੰ ਐ ਕਰ ਲੈ ਤੂੰ ਐ ਕਰ ਲੈ ਫਲਾਣਾ ਠੀਕ ਨਹੀਂ ਧਮਕਾ ਠੀਕ ਨਹੀਂ। ਔਰ ਜਿੱਦਾਂ ਉਹ ਗੱਜ ਬੱਜ ਕੇ ਪਾਰਲੀਮੈਂਟ 'ਚ ਬੋਲਦੇ ਸੀ ਇੱਕ ਚ ਵੱਜਦੇ ਸੀ ਸਾਰਿਆਂ ਇੱਥੇ ਬੋਲਦੇ, ਹੁਣ ਵੀ ਗੱਜ ਕੇ ਬੋਲਣਾ? ਤੂੰ ਸੀਐਮ ਹੈ ਤਕੜਾ ਹੈ, ਤੂੰ ਆਪਣੇ ਡਿਸੀਜਨ ਆਪ ਲੈ। ਆਪਣੇ ਜੀਵਨ ਇਸ ਧਰਤੀ 'ਤੇ ਆਪਾਂ ਬਤੀਤ ਕਰਦੇ ਹਾਂ, ਇਹ ਆਪਣਾ ਘਰ ਹੈ, ਇਸ ਘਰ ਨੂੰ ਆਪਾਂ ਨੂੰ ਸਵਾਰ ਕੇ ਰੱਖਣਾ ਚਾਹੀਦਾ, ਇਹਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਔਰ ਜੇ ਤੁਸੀਂ ਇਸ ਬ੍ਰਹਿਮੰਡ ਦੀ ਸਾਜਨਾ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਸਭ ਤੋਂ ਪਹਿਲਾਂ ਰੱਬ ਨੇ ਜੰਗਲ ਬਣਾਏ, ਬੂਟੇ ਲਾਏ ਤਾਂ ਕਿ ਵਾਤਾਵਰਨ ਜਿਹੜਾ ਉਹ ਬੈਲੈਂਸ ਰਹਿ ਸਕੇ। ਜੋ ਹਾਲ ਅੱਜ ਹੋ ਗਿਆ ਗਰਮੀ ਨਾਲ, ਮੈਂ ਸਮਝਦਾ ਬਹੁਤ ਜ਼ਰੂਰੀ ਕੰਮ ਹੈ ਸਾਰੇ ਕੰਮ ਛੱਡ ਕੇ ਇਹ ਪੌਦੇ ਲਾਉਣਾ ਅਤੇ ਇਹਨਾਂ ਨੂੰ ਪਾਲਣਾ। ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਜਿੱਥੇ ਜਿੱਥੇ ਬੂਟੇ ਲੱਗੇ ਉੱਥੇ ਉਹਨੂੰ ਪਾਲੋ ਵੀ, ਇਹ ਸਮਝ ਕੇ ਪਾਲੋ ਕਿ ਇਹ ਸਾਡੇ ਜੀ ਨੇ, ਇਹ ਸਾਨੂੰ ਛਾਂ ਦਿੰਦੇ, ਆਕਸੀਜਨ ਦਿੰਦੇ, ਅਸੀਂ ਜਿਉਂਦੇ ਰਹਿੰਦੇ ਹਾਂ। ਸੋ ਬਹੁਤ ਸੋਹਣਾ ਕੰਮ ਹੈ ਜੀ ਪੰਜਾਬ ਦੇ ਵਿੱਚ। ਮੈਂ ਸੋਚਦਾ ਇਸ ਤੋਂ ਬਾਅਦ ਬਾਕੀ ਸਟੇਟਾਂ ਵੀ ਦੇਖ ਕੇ ਆਪਣਾ ਕੰਮ ਕਰਨਗੀਆਂ। ਔਰ ਤੁਹਾਡੇ ਸਾਰਿਆਂ ਦੀ ਬੜਾ ਮੈਂ ਧੰਨਵਾਦੀ ਹਾਂ ਪ੍ਰੈਸ ਵਾਲਿਆਂ ਦਾ ਕਿ ਤੁਸੀਂ ਹਮੇਸ਼ਾ ਹੀ ਯੋਗਦਾਨ ਬਹੁਤ ਵੱਡਾ ਦਿੱਤਾ ਹੈ। ਬੇਸ਼ੱਕ ਉਹ ਕਿਸਾਨੀ ਅੰਦੋਲਨ ਹੈ, ਬੇਸ਼ੱਕ ਉਹ ਆਹ ਕਾਰਜਕ੍ਰਮ ਹੈ ਜਾਂ ਹੋਰ ਵੀ ਕਾਰਜਕ੍ਰਮ, ਤੁਹਾਨੂੰ ਵੀ ਬਹੁਤ ਬਹੁਤ ਵਧਾਈ। ਔਰ ਤੁਸੀਂ ਵੀ ਕਿਸ ਤਰ੍ਹਾਂ ਦੇਖਦੇ ਹੋ ਜੀ ਕੁਦਰਤ ਨੂੰ ਦੇਖਦੇ? ਨਾ ਬਾਈ ਜੀ, ਹੁਣੇ ਗੁਰਦੁਆਰੇ 'ਚ ਗੱਲ ਕਹਿ ਕੇ ਹਟਿਆ ਸੀ, ਫਿਰ ਕਹਿੰਦਾ ਹਰ ਗੱਲ ਸਰਕਾਰ 'ਤੇ ਨਾ ਸੁੱਟਿਆ ਕਰੋ। ਸਰਕਾਰਾਂ ਉਨੀਆਂ ਹੀ ਚੰਗੀਆਂ ਜਿੰਨੇ ਆਪਾਂ ਚੰਗੇ ਹਾਂ। ਜੇ ਮੇਰਾ ਘਰ ਹੈ ਮੈਂ ਉਹਦੀ ਸਫਾਈ ਆਪ ਕਰਨਾ, ਮੈਂ ਜ਼ਰੂਰੀ ਕਿਸੇ ਨੂੰ ਕਹਿਣਾ ਮੇਰਾ ਘਰ ਸਾਫ਼ ਕਰ। ਜੇ ਤੁਸੀਂ ਆਪਣਾ ਘਰ ਆਪ ਕਾਰਜਕ੍ਰਮ ਆਪ ਕਰੋਗੇ, ਆਪਦੇ ਪਿੰਡ ਆਪਦੇ ਘਰ ਆਪ ਸਵਾਰ ਲਉਂਗੇ ਤਾਂ ਸਰਕਾਰ ਦਾ ਇੰਨਾ ਰੋਲ ਰਹਿ ਨਹੀਂ ਜਾਂਦਾ। ਸਰਕਾਰ ਕੀ ਕਰੂਗੀ ਦੱਸੋ? ਤੁਹਾਨੂੰ ਪੈਸੇ ਦੇ ਦੂਗੀ, ਤੁਹਾਨੂੰ ਬੂਟੇ ਦੇ ਦੂਗੀ, ਉਹਨੇ ਲਾਉਣ ਤਾਂ ਆਉਣਾ ਨਹੀਂ। ਜੇ ਲਾਉਣਗੇ ਤਾਂ ਬਹੁਤ ਚੰਗੀ ਗੱਲ ਹੈ। ਔਰ ਮੈਂ ਉਮੀਦ ਕਰਦਾ ਜਿਹੜੀ ਇਹ ਸਰਕਾਰ ਹੈ, ਇਹ ਸਰਕਾਰ ਨੂੰ ਲੋਕਾਂ ਨੇ ਹੁੰਮ ਹੁਮਾ ਕੇ ਆਪਣੇ ਹਿੱਕ ਨਾਲ ਲਾਇਆ ਹੈ। ਇਹਨਾਂ ਦਾ ਫਰਜ਼ ਬਣਦਾ ਹੈ ਸਾਰਿਆਂ ਦਾ ਕਿ ਅਸੀਂ ਉਹ ਕੰਮ ਕਰੀਏ ਜੋ ਆਮ ਪਬਲਿਕ ਦੇ ਸੁੱਖ ਵਾਸਤੇ ਹੋਵੇ, ਆਮ ਪਬਲਿਕ ਦੀ ਖੁਸ਼ੀ ਵਾਸਤੇ ਹੋਵੇ। ਬਾਕੀ ਬੜੇ ਪੰਜਾਬ ਦੇ ਮੁੱਦਿਆਂ 'ਤੇ ਫਿਕਰਮੰਦ ਰਹਿੰਦੇ ਹੋ ਤੁਸੀਂ। ਕੱਲ੍ਹ ਵੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ, ਮੌਜੂਦਾ ਸਰਕਾਰ ਨੂੰ ਵੇਖਦੇ ਕਿਵੇਂ, ਜਿਵੇਂ ਰਾਜ ਸਭਾ 'ਚ ਰੌਲਾ ਪਿਆ ਵੀ ਬਾਹਰ ਦੇ ਬੰਦੇ ਭੇਜਦੇ ਹੈ ਨਾ, ਹੁਣ ਫਿਰ ਉਹੀ ਇਹੋ ਜਿਹਾ ਇੱਕ ਮਸਲਾ ਕਮੇਟੀ ਦਾ ਉੱਠ ਰਿਹਾ, ਬੜਾ ਖੁੱਲ੍ਹ ਕੇ ਬੋਲਦੇ ਹੋ, ਕੀ ਕਹਿਣਾ ਕੀ ਚਾਹੁੰਦੇ ਹੈਗੇ ਹੋ ਵੀ ਕਿੰਨਾ ਕੁ ਕੀ ਹੋ ਕੀ ਰਿਹਾ, ਪੋਲੀਟੀਕਲੀ ਕੀ ਦੇਖ ਰਹੇ ਹੋ? ਗੱਲ ਇਹ ਆ ਬਾਈ ਜੀ, ਜਰਨੈਲ ਤਕੜੇ ਹੋਣ, ਜਰਨੈਲ ਤਕੜਾ ਹੋਵੇ ਫੌਜਾਂ ਫਿਰ ਲੜਦੀਆਂ। ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਾਰੇ ਗੱਲਾਂ ਕਰਦੇ ਆ, ਪਰ ਉਹਦੇ ਜਰਨੈਲ ਬਹੁਤ ਤਕੜੇ ਸੀ। ਸਾਡਾ ਇੱਕ ਜਰਨੈਲ ਹੈ ਭਗਵੰਤ ਮਾਨ ਜੀ, ਅਸੀਂ ਉਸ ਜਰਨੈਲ ਨੂੰ ਵੋਟਾਂ ਪਾਈਆਂ, ਕਿਸੇ ਨੇ ਆਪ ਨੂੰ ਤਾਂ ਵੋਟਾਂ ਪਾਈਆਂ ਨਹੀਂ, ਵੋਟਾਂ ਸਾਰੀਆਂ ਭਗਵੰਤ ਮਾਨ ਜੀ ਨੂੰ। ਮੈਂ ਕੱਲ੍ਹ ਵੀ ਇਹ ਗੱਲ ਕਹੀ, ਔਰ ਜਿੱਦਾਂ ਉਹ ਗੱਜ ਬੱਜ ਕੇ ਪਾਰਲੀਮੈਂਟ 'ਚ ਬੋਲਦੇ ਸੀ, ਹਿੱਕ 'ਚ ਵੱਜਦੇ ਸੀ ਸਾਰਿਆਂ ਦੇ, ਇੱਥੇ ਬੋਲਦੇ ਸੀ, ਇਹ ਮੈਨੂੰ ਹੁਣ ਨਹੀਂ ਸਮਝ ਆਈ ਵੀ ਬਾਈ ਕੀ ਹੋ ਗਿਆ, ਪੁੱਤ ਮੇਰਿਆ ਤੂੰ ਮੇਰੇ ਤੋਂ ਛੋਟਾ ਮੇਰਾ ਵੀਰ, ਕੀ ਗੱਲ ਹੈ? ਹੁਣ ਵੀ ਗੱਜ ਕੇ ਬੋਲਣਾ? ਤੂੰ ਸੀਐਮ ਹੈ ਤਕੜਾ ਹੈ, ਤੂੰ ਆਪਣੇ ਡਿਸੀਜਨ ਆਪ ਲੈ, ਆਪਾਂ ਨੂੰ ਕਿਸੇ ਨੂੰ ਪੁੱਛਣ ਦੀ ਕੀ ਲੋੜ ਹੈ? ਠੀਕ ਹੈ, ਇੱਕ ਵਾਰੀ ਨਮਸਕਾਰ ਕਰਤੀ ਭਾਈ, ਧੰਨਵਾਦ ਤੁਹਾਡੇ ਸਾਰਿਆਂ ਦਾ, ਤੁਸੀਂ ਮੈਨੂੰ ਇਸ ਯੋਗ ਸਮਝਿਆ। ਅਤੇ ਤੂੰ ਪੰਜਾਬ ਦੀ ਧਰਤੀ 'ਤੇ ਜੰਮਿਆ ਪਲਿਆ ਜਟਾ, ਬਾਹਰ ਨਿਕਲ ਕੇ ਤੂੰ ਆਪਣੇ ਪੰਜਾਬ ਦੇ ਲੋਕਾਂ ਦਾ ਹੱਥ ਫੜ ਕੇ ਅਤੇ ਗੱਜ ਬੱਜ ਕੇ ਬੋਲੇ, ਮੇਰੀ ਬੇਨਤੀ ਆ। ਯੋਗਰਾਜ ਹੁੰਦੇ ਹੁੰਦੀ ਜਗ੍ਹਾ 'ਤੇ, ਕੱਲ੍ਹ ਵੀ ਯੋਗਰਾਜ ਕਹਿ ਰਹੀ ਕਿ ਮੈਂ ਹੁੰਦਾ ਜਗ੍ਹਾ 'ਤੇ ਤਾਂ ਫਿਰ ਗੱਲ ਨਹੀਂ, ਮੇਰੀ ਗੱਲ ਨਹੀਂ ਸਮਝੇ। ਮੈਨੂੰ ਸੀਐਮ ਬਣਾਇਆ ਪੰਜਾਬ ਦੇ ਲੋਕਾਂ ਨੇ, ਕਿਉਂ ਬਣਾਇਆ? ਕਿ ਯਾਰ ਇਹ ਇੱਕ ਬੰਦਾ ਰਹਿ ਗਿਆ, ਬਾਕੀ ਸਾਰੇ ਦੇਖ ਰਹੇ, ਇਹੀ ਗੱਲ ਹੈ ਨਾ? ਅਤੇ ਸਾਰੇ ਬੰਦਿਆਂ ਦੀ ਜਿਹੜੀ ਉਮੀਦਾਂ ਨੇ ਉਹ ਕਿਹਦੇ ਹੱਥ 'ਚ ਨੇ? ਉਹ ਸੀਐਮ ਦੇ ਹੱਥ 'ਚ ਨੇ। ਉਹਨੂੰ ਕੋਈ ਬੰਦਾ ਦੱਸੇ ਵੀ ਤੂੰ ਐਂ ਕਰਨਾ ਤੂੰ ਐਂ ਕਰਨਾ, ਕਿਹਦੀ ਜ਼ਰੂਰਤ ਹੈ ਗੱਲ ਕਰੇ? ਜੇ ਮੈਂ ਗੱਦੀ 'ਤੇ ਬੈਠਾ ਹਾਂ ਤਾਂ ਡਿਸੀਜਨ ਮੇਰਾ, ਮੈਨੂੰ ਕੋਈ ਡਿਕਟੇਟ ਕਿਉਂ ਕਰ ਸਕਦਾ? ਪ੍ਰਤਾਪ ਸਿੰਘ ਕਹਿਰੋਂ ਕਹਿੰਦਾ ਸੀ ਨਾ, ਆਪਣਾ ਦਿੱਲੀ ਦਾ ਕੰਮ ਕਰੋ, ਪੰਜਾਬ ਦਾ ਕੰਮ ਮੈਂ ਸੰਭਾਲ ਰਿਹਾ। ਉਹ ਚੰਗਾ ਨਹੀਂ ਸੀ ਲੱਗਦਾ, ਉਹਦੇ ਨਾਲ ਕੀ ਹੋਈ ਮੈਂ ਕੱਲ੍ਹ ਦੱਸਿਆ ਤੁਹਾਨੂੰ, ਤੁਸੀਂ ਸੁਣਿਆ ਹੋਣਾ। ਇਸ ਕਰਕੇ ਡਰੀਦਾ ਨਹੀਂ ਹੁੰਦਾ, ਤਕੜੇ ਹੋ ਕੇ ਕੰਮ ਕਰੀਦਾ। ਪੰਜਾਬ ਦੇ ਲੋਕਾਂ ਦਾ ਸਵਾਲ ਹੈ, ਪੰਜਾਬ ਦੀ ਧਰਤੀ ਦਾ ਸਵਾਲ ਹੈ, ਇੰਨੇ ਮੁੱਦੇ ਖੜੇ ਹੈ, ਤਕੜੇ ਹੋ, ਕਿਹੜੀ ਗੱਲ ਹੈ ਬਈ ਆਰਡਰ ਕਰ ਤੂੰ ਗੱਜ ਬੱਜ ਕੇ ਆਵਾਜ਼ ਜਿਵੇਂ ਤੂੰ ਪਹਿਲਾਂ ਬੋਲਦਾ ਸੀ ਬੋਲ ਕਿਸੇ ਦੀ ਕੀ ਜ਼ਰੂਰਤ ਹੈ ਤੇਰੇ ਸਾਹਮਣੇ ਗੱਲ ਕਰ ਜੇ, ਆਹ ਮੈਂ ਕਹਿਣਾ ਚਾਹੁੰਦਾ। ਗੈਂਗਸਟਰ ਕਲਚਰ 'ਤੇ ਕੀ ਕਹੋਗੇ? ਅਸੀਂ ਪਿੱਛੇ ਜੇ ਸਿੱਧੂ ਮੂਸੇਵਾਲਾ ਖੋਇਆ ਹੈਗਾ, ਹੁਣ ਗੋਲਡੀ ਬਰਾੜ ਕਹਿ ਰਹੇ ਨੇ ਕਿ ਵੀਡੀਓ ਵਾਇਰਲ ਹੋ ਗਈ, ਸ਼ਰੇਆਮ ਕਹਿ ਰਿਹਾ ਹੈਗਾ ਵੀ ਹਾਂ ਮਾਰਿਆ ਹੈਗਾ, ਆਹ ਗੱਲ ਹੈਗੀ ਹੈ, ਕੀ ਕਹੋਗੇ, ਕਿਵੇਂ ਕੰਟਰੋਲ ਹੋਏਗਾ? ਇਹ ਹੁਣੇ ਹੀ ਤੁਹਾਨੂੰ ਕਿਉਂ ਕਲਚਰ ਯਾਦ ਆ ਗਿਆ? ਪਿਛਲੇ 75 ਸਾਲ ਤੋਂ ਇਹੀ ਕੁਛ ਹੁੰਦਾ ਆ ਰਿਹਾ, ਅੰਗਰੇਜ਼ਾਂ ਦੇ ਟਾਈਮ ਵੀ ਇਹੀ ਕੁਛ ਹੁੰਦਾ ਆ ਰਿਹਾ, ਮੁਗਲਾਂ ਦੇ ਟਾਈਮ ਵੀ ਇਹੀ ਕੁਛ ਹੁੰਦਾ ਆ ਰਿਹਾ।
ਇਹ ਕਮਜ਼ੋਰੀਆਂ ਨੇ। ਜਦ ਆਪਾਂ ਨੌਜਵਾਨਾਂ ਨੂੰ ਸੰਭਾਲ ਨਹੀਂ ਸਕਦੇ ਤਾਂ ਨੌਜਵਾਨ ਭਟਕਦੇ ਆ। ਹੁਣ ਮੈਂ ਤੁਹਾਨੂੰ ਜਿੰਨੇ ਵੀ ਗੈਂਗਸਟਰ ਤੁਸੀਂ ਗੱਲ ਕਰਦੇ ਹੋ, ਮੈਂ DAV ਕਾਲਜ 50 ਸਾਲ ਹੋ ਗਏ ਮੈਨੂੰ, ਮੈਂ ਉੱਥੇ ਦੇ ਬੱਚੇ ਖਿਡਾਏ ਹੈ, ਪੜ੍ਹਾਏ ਹੈ, ਮੋਨੀਟਰ ਕੀਤਾ ਹੈ ਉਹਨੂੰ ਦੇਸ਼ ਦੇ ਕੰਮ ਬਾਰੇ। 25,000 ਬੱਚਾ ਜਿਸ ਦੇਸ਼ ਦੇ ਕੰਮ ਆਉਂਦਾ ਹੈ, ਕੋਈ ਜਸਟਿਸ ਹੈ, ਕੋਈ ਕਾਰਗਿਲ 'ਚ ਮੇਰੇ 3 ਬੱਚੇ ਸ਼ਹੀਦ ਹੋਏ, ਮੈਨੂੰ ਬੜਾ ਮਾਣ ਹੈ, ਦੇਸ਼ ਲਈ ਕੰਮ ਕਰ ਰਹੇ ਨੇ, ਤੁਹਾਨੂੰ ਯੁਵਰਾਜ ਦਿੱਤਾ, ਸਭ ਕੁਝ ਦਿੱਤਾ, ਅਜੇ ਬੱਚੇ ਹਜ਼ਾਰਾਂ ਦਿੱਤੇ। ਮੇਰਾ ਇਹ ਫਰਜ਼ ਹੈ ਕਿ ਮੈਂ ਬੱਚਿਆਂ ਨੂੰ ਸੇਧ ਦਵਾਂ, ਲੇਕਿਨ ਜੇ ਤੁਸੀਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਇਸਤੇਮਾਲ ਕਰਨਾ ਹੈ। ਗੈਂਗਸਟਰ ਕਿਹਨੇ ਬਣਾਏ ਨੇ ਤੁਹਾਨੂੰ ਸਾਰਿਆਂ ਨੂੰ ਪਤਾ, ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ, ਇਹ ਉਹਨਾਂ ਦੇ ਕੀਤੇ ਹੋਏ ਕੰਮ ਨੇ ਅਤੇ ਤੁਹਾਨੂੰ ਨਹੀਂ ਪਤਾ। ਇਸ ਕਰਕੇ ਸੁਣੋ ਗੱਲ, ਇਸ ਕਰਕੇ ਮੈਂ ਕਹਿਣਾ ਚਾਹੁੰਦਾ, ਜਿੱਦਣ ਪੋਲੀਟੀਕਲ ਸਿਸਟਮ ਗੁਰੂ ਮਹਾਰਾਜ ਦੀ ਗੱਲ ਸੁਣਨ ਲੱਗ ਜੂਗਾ ਔਰ ਉਸ ਤੌਰ 'ਤੇ ਚੱਲੂਗਾ ਕਿ ਇਹ ਅਕਾਲ ਪੁਰਖ ਦੇ ਸਾਰੇ ਬਣਾਏ ਹੋਏ ਬੰਦੇ ਨੇ, ਮੈਂ ਇਹਨਾਂ ਨਾਲ ਪਿਆਰ ਅਤੇ ਇਸ਼ਕ ਕਰਨਾ, ਉਦਣ ਸਭ ਕੁਝ ਠੀਕ ਹੋ ਜਾਊ। ਲਾਸਟ ਗੱਲ, ਬਹੁਤ ਖੁੱਲ੍ਹ ਕੇ ਬੋਲਦੇ ਹੋ ਪੰਜਾਬ ਦੇ ਮੁੱਦਿਆਂ 'ਤੇ, ਮੁੱਦਿਆਂ ਦੀ ਗੱਲ ਕਿਤੇ ਰਹੀ ਨਹੀਂ। ਹੁਣ ਨਵਾਂ ਮੁੱਦਾ ਚੱਲ ਪਿਆ ਕਿ ਸ਼ਹੀਦ ਭਗਤ ਸਿੰਘ ਸ਼ਹੀਦ ਹੀ ਨਹੀਂ ਸੀਗਾ, ਕੱਲ੍ਹ ਦਾ ਬਹੁਤ ਹੈਵੀ ਹੈ, ਆਪ ਵਾਲੇ ਅਲੱਗ ਬੋਲ ਰਹੇ ਨੇ, ਸਿਮਰਜੀਤ ਮਾਨ ਉੱਥੇ ਕਿਹਾ ਹੈ ਕਿ ਨਹੀਂ ਉਹ ਅੱਤਵਾਦੀ ਸੀ, ਖੁੱਲ੍ਹ ਕੇ ਕੀ ਕਹੋਗੇ? ਯੋਗਰਾਜ ਸਿੰਘ ਦੀ ਕੀ ਸੋਚ ਹੈਗੀ ਹੈ? ਇਹ ਕਮਜ਼ੋਰੀ ਹੈ ਕਿ ਤੁਹਾਡੇ ਘਰ ਦੇ ਵਿੱਚ ਲੋਕ ਆ ਕੇ ਕਹਿੰਦੇ ਨੇ ਅਤੇ ਵੜ ਕੇ ਗੱਲ ਕਰਦੇ ਨੇ, ਭਾਈ ਤੂੰ ਐਂ ਕਰ ਲਾ, ਤੂੰ ਐਂ ਕਰ ਲਾ, ਫਲਾਨਾ ਠੀਕ ਨਹੀਂ, ਧਮਕਾ ਠੀਕ ਨਹੀਂ, ਆਹ ਪ੍ਰੈਸ ਰਿਪੋਰਟਰ ਠੀਕ ਨਹੀਂ, ਆਹ ਪੁਲਿਸ ਵਾਲਾ ਠੀਕ ਨਹੀਂ, ਆਹ ਯੋਗਰਾਜ ਸਿੰਘ ਠੀਕ ਨਹੀਂ, ਆਹ ਧਮਕਾ ਠੀਕ ਨਹੀਂ। ਤੁਸੀਂ ਆਪਣੇ ਆਪ ਨੂੰ ਦੇਖੋ ਕਿ ਤੁਸੀਂ ਕੀ ਹੋ, ਤੁਸੀਂ ਬੋਲਣ ਕਿਉਂ ਦਿੰਦੇ ਹੋ ਕਿਸੇ ਨੂੰ? ਲੈ ਮੈਂ ਹੋ, ਮੈਂ ਇੱਥੇ CM ਅਤੇ ਮੈਨੂੰ ਬੋਲੇਗਾ ਕੋਈ ਸ਼ਹੀਦ ਭਗਤ ਸਿੰਘ ਬਾਰੇ? ਮੈਂ ਦੱਸਾਂ ਕਿਹੜੇ ਭਾਵਿਕ ਦੀ ਹੈ ਸਾਡੇ ਲਈ, ਸਾਰੇ ਧਰਮ ਸਾਰੇ ਵਰਗ ਦੇ ਲੋਕ ਸਾਡੇ ਭਾਈਚਾਰਾ ਸਾਡੇ ਵਿੱਚ ਵੱਸਦੇ ਹੈ, ਕੋਈ ਕਿਸੇ ਬਾਰੇ ਟਿੱਪਣੀ ਕੀ ਕਰ ਸਕਦਾ ਹੈ? ਆਪਾਂ ਨੂੰ ਨਹੀਂ ਪਤਾ ਕੀ ਹੋ ਰਿਹਾ, ਪਰ ਇਹ ਹੈ ਆਪੇ ਬੀਜ ਆਪੇ ਖਾ, ਨਾਨਕ ਹੁਕਮੀ ਆਵੇ ਜਾਂ ਮਰਜ਼ੀ ਤੁਹਾਡੀ ਹੈ ਭਾਈ, ਜੂਨਾ ਤੁਸੀਂ ਭੁਗਤਣੀਆਂ ਨੇ ਲੋਕਾਂ ਨੇ ਤਾਂ ਭੁਗਤਣੀ। ਪੰਜਾਬ ਲੱਗ ਗਿਆ, ਪੰਜਾਬ ਦੀ ਜਨਤਾ ਨੇ ਤੁਹਾਨੂੰ ਚੁਣਿਆ, ਤੁਹਾਨੂੰ ਸਰਤਾਜ ਬਣਾਇਆ। ਯਾਦ ਰੱਖਿਓ, ਕਿਸੇ ਦਾ ਅਤਬਾਰ ਨਾਲ ਕਿਸੇ ਨਾਲ ਧੋਖਾ ਨਹੀਂ ਕਰਨਾ, ਕਿਉਂਕਿ ਰੱਬ ਨੂੰ ਇਹ ਨਹੀਂ ਪਾਉਂਦਾ ਕਿ ਤੇਰੇ 'ਤੇ ਕਿਸੇ ਨੇ ਯਕੀਨ